ਬੀ ਫੇਮਸ ਬਲੌਗ ਦੇ ਵਿੱਚ ਤੁਹਾਡਾ ਮੁੜ ਤੋਂ ਸਵਾਗਤ। ਮੈਂ ਤੁਹਾਡਾ ਆਪਣਾ ਸੰਦੀਪ, ਤੇ ਅੱਜ ਮੈਂ ਜਿਹੜੀ ਜਗ੍ਹਾ ਦਾ ਬਲੌਗ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਿਹਾ ਉਹਦਾ ਨਾਮ ਹੈ ਜਿੱਦਾਂ ਕਿ ਕਰਲੌਜ। ਬਹੁਤ ਸੋਹਣਾ ਜਿਹੜਾ ਰੋਪੜ ਦੀ ਨੰਗਲ ਦੀ ਆਬਾਦੀਆਂ ਦੇ ਵਿੱਚ ਵਸਿਆ ਹੋਇਆ ਬਹੁਤ ਹੀ ਯੂਨੀਕ ਕੰਸੈਪਟ ਤਿਆਰ ਕੀਤਾ ਹੋਇਆ ਇਹਨਾਂ ਨੇ ਲੌਜ ਦੇ। ਤੁਹਾਡੇ ਨਾਲ ਸਾਰੀ ਜਰਨੀ ਸ਼ੇਅਰ ਕਰਾਂਗੇ ਆਪਾਂ, ਅਤੇ ਮੈਂ ਇਸ ਟਾਈਮ ਆਪਣੇ ਹੋਮ ਟਾਊਨ ਚਮਕੌਰ ਸਾਹਿਬ ਦੀ ਜਿਹੜੀ ਆਹ ਸਰਹੰਦ ਨਹਿਰ ਆ ਇਹਦੇ ਕਿਨਾਰੇ 'ਤੇ ਖੜ ਕੇ ਵੀਡੀਓ ਬਣਾ ਰਿਹਾ ਅਤੇ ਜਾ ਰਿਹਾ ਰੋਪੜ ਵੱਲ ਨੂੰ। ਬਾਕੀ ਦੀਆਂ ਗੱਲਾਂ ਨਾਲ ਦੀ ਨਾਲ ਆਪਾਂ ਸ਼ੇਅਰ ਕਰਦੇ ਰਹਾਂਗੇ। ਅਤੇ ਦੇਖੋ ਘੈਂਟ ਇਨਵਾਇਰਮੈਂਟ, ਮੌਸਮ ਪੂਰਾ ਚਿੱਲ ਹੋਇਆ ਵਾ, ਹਵਾ ਚੱਲਦੀ ਆ, ਮੀਂਹ ਪੈ ਕੇ ਹਟਿਆ, ਐਂਡ ਬਾਬਿਓ ਐਂਡ। ਅਤੇ ਚੱਲਦੇ ਹਾਂ ਫਿਰ ਆਪਾਂ, ਬਾਕੀ ਜਿਹੜੀ ਵੀਡੀਓ ਆ ਨਾਲ ਦੀ ਨਾਲ ਆਪਾਂ ਬਣਾਉਂਦੇ ਹਾਂ ਅਤੇ ਵਲੌਗ ਦੇ ਵਿੱਚ ਦੱਸਿਓ ਕਿ ਕਿਵੇਂ ਤੁਹਾਨੂੰ ਇਹ ਜਗ੍ਹਾ ਲੱਗੀ। ਕਮਾਲ ਹੋਈ ਵੀ ਆ, ਕਮਾਲ ਮੌਸਮ ਐਡਾ ਚਿੱਲ ਆ ਕਿ ਵੀਡੀਓ ਮਾੜੀ ਮਾੜੀ ਬਣਾਉਣ ਦਾ ਮਨ ਕਰੀ ਜਾਂਦਾ। ਬਾਹਲੀ ਘੈਂਟ ਵੈਦਰ, ਅਤੇ ਰੋਪੜ ਦੀਆਂ ਪੁਰਾਣੀਆਂ ਸੜਕਾਂ ਨੇ ਇਹ, ਕਮਾਲ। ਬਹੁਤ ਪੁਰਾਣਾ ਜਿਹੜਾ ਕਹਿੰਦੇ ਵੀ ਜ਼ਿਲ੍ਹਾ ਰੋਪੜ ਅਤੇ ਗਰਮ ਖੋਪੜ ਸਾਰੀ ਜਗ੍ਹਾ। ਅਤੇ ਬਾਬਿਓ ਐਡਵੈਂਚਰ ਕਰਨ ਦਾ ਅਤੇ ਟਰੈਵਲ ਕਰਨ ਦਾ ਮਜ਼ਾ ਉਦੋਂ ਆਉਂਦਾ ਜਦੋਂ ਵੈਦਰ ਜਿਹੜਾ ਉਹ ਇੱਕਦਮ ਕੂਲ ਹੋਵੇ, ਅਤੇ ਨਾ ਤਾਂ ਹੋਵੇ ਬਾਹਲੀ ਠੰਡ ਅਤੇ ਨਾ ਹੋਵੇ ਬਾਹਲੀ ਗਰਮੀ। ਇਸ ਟਾਈਮ ਵੈਦਰ ਜਿਹੜਾ ਪੂਰਾ ਚਿੱਲ ਹੋਇਆ ਵਾ, ਮੀਂਹ ਪੈ ਕੇ ਹਟਿਆ 2 ਦਿਨ ਤੋਂ ਲਗਾਤਾਰ। ਨਜ਼ਾਰੇ ਦੇਖੋ, ਸਕਾਈ ਕਿੰਨਾ ਕਲੀਨ ਆ। ਇੱਕ ਨਵੀਂ ਚੀਜ਼ ਦਿਖਾਉਣੀ ਸੀ ਇਹ ਜਿਹੜੀ ਪਹਿਲੀ ਵਾਰ ਆਪਣੀ ਵੀਡੀਓ 'ਚ ਆ ਰਹੀ ਹੈ, ਰੋਪੜ ਹੈੱਡ, ਜਿਹੜਾ ਸਤਲੁਜ ਦਾ ਪੁਰਾਣਾ ਦਰਿਆ ਨਾ ਰੋਪੜ ਹੈੱਡ, ਉਹ ਇਹ ਆ। ਪੂਰਾ ਸਤਲੁਜ ਨੂੰ ਬਾਨਾ ਮਾਰ ਕੇ ਇਹਨਾਂ ਨੇ ਸਾਰਾ ਪਾਣੀ ਰੋਕਿਆ ਅਤੇ ਆ ਨਹਿਰਾਂ ਜਾ ਰਹੀਆਂ ਅੱਗੇ ਲੁਧਿਆਣੇ ਨੂੰ। ਇਹ ਇੱਧਰਲੇ ਵੇਟ ਏਰੀਏ ਦੇ ਅਤੇ ਪੰਜਾਬ ਦੇ ਨਾਲ ਜਿਹੜਾ ਇੱਕ ਲੌਤਾ ਪੁਲ ਆ, ਇਹਨੂੰ ਆਪਾਂ ਕਨੇਡਾ ਅਤੇ ਅਮੈਰੀਕਾ ਜਿਹੜਾ ਬੜਾ ਵੱਡਾ ਸਾਰਾ ਉਹ ਬ੍ਰਿਜ ਕਹਿ ਸਕਦੇ ਹਾਂ। ਇਹ ਆਪਣਾ ਪੰਜਾਬ ਵਾਲਾ ਗੁਰਦੁਆਰਾ ਟਿੱਬੀ ਸਾਹਿਬ, ਉਹ ਚੜ੍ਹਾਈਆਂ ਪਹਾੜੀਆਂ ਸ਼ੁਰੂ ਹੋ ਜਾਂਦੀਆਂ, ਸਤਲੁਜ ਦੀ ਸ਼ਿਵਾਲਿਕ ਪਹਾੜੀਆਂ ਕਹਿ ਲਓ ਹੁੰਦੇ ਨੇ। ਅਤੇ ਸਾਰਾ ਪਹਾੜੀ ਏਰੀਆ, ਅਤੇ ਮੈਂ ਡਰਾਈਵ ਕਰਦੇ ਵੀਡੀਓ ਬਣਾ ਰਿਹਾ ਤਾਂ ਕਰਕੇ ਫੋਨ ਬਹੁਤ ਸ਼ੇਕ ਅਤੇ ਟਿਲਟ ਹੋ ਰਿਹਾ, ਪਰ ਨਜ਼ਾਰਾ ਅਪ ਡਾਊਨ ਬਹੁਤ ਆਉਣ ਹੋ ਰਿਹਾ। ਹੈਲੋ ਮਿਸਟਰ, ਐਡਵੈਂਚਰ ਵਾਲਾ ਏਰੀਆ ਇਹ, ਫਿਰ ਵੀ ਆਪਾਂ ਨੇ ਲੈ ਲਿਆ ਰਿਹਾ ਸਕੈਦਰ ਨੂੰ ਹੀ। ਚਲੋ ਬਾਬੇ ਦੇਖਦੇ ਆ, ਲੈਟਸ ਸੀ ਭਰਾ ਲਾ ਲਾ ਸਾਈਡ ਤੇ, ਇਹ ਮੇਰੇ ਸਾਲੇ ਦੇ ਨੇ ਤਾਰੀ ਹੋਣੀ ਗੱਡੀ ਸਾਈਡ ਨੂੰ ਬਾਬੇ। ਉਹ ਹਾਂ, ਇੱਕ ਰਾਹ ਪੈ ਗਿਆ, ਮੈਂ ਪਿੱਛੇ ਇੱਕ ਰਸਤਾ ਬੰਦ ਸੀਗਾ ਤੇ ਉਹ ਬੱਲੇ 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 ਜਮੀ ਪਿੰਡਾਂ ਵਾਲਾ ਏਰੀਆ ਜਮੀ, ਮੈਨੂੰ ਕਹਿੰਦੇ ਵੀ ਐਨ ਸ਼ਾਂਤ ਦੇ ਮਾਹੌਲ ਜਾ ਕੇ, ਅਤੇ ਲੱਗ ਨਹੀਂ ਰਿਹਾ ਕਿ ਇਹ ਖੂਬ ਵੱਡੇ ਕਿੱਕਰ ਲੌਂਚ ਦੇ ਏਰੀਏ ਨੂੰ ਜਾ ਰਿਹਾ ਹੈ, ਅਤੇ ਹੋਪ ਕੇ ਪਹੁੰਚੀਏ ਬਿਨਾਂ ਕਿਸੇ ਰੁਕਾਵਟ ਤੋਂ। ਆਹ ਐਡਵੈਂਚਰ ਵਾਲਾ ਜਿਹੜਾ ਸ਼ੂਟ ਸੀਗਾ ਮੈਂ ਕਿਹਾ ਸ਼ੇਅਰ ਕਰਿਆ ਜਾਵੇ।
ਕਿਉਂਕਿ ਕਈ ਵਾਰ ਕੀ ਹੁੰਦਾ ਕਿ ਅਗਲਾ ਕੱਚੀ ਵਹੀ ਜਾਂ ਰੋਡ ਦੇ ਕੇ ਨਾ ਅਗਲਾ ਪਜ਼ਲ ਹੋ ਜਾਂਦਾ ਕਿ ਯਾਰ ਬਾਈ ਇਹ ਰਾਹ ਜਾਂਦਾ ਹੋਊਗਾ ਜਾਂ ਨਹੀਂ ਤਾਂ ਬਾਈ ਕੋਈ ਚੱਕਰ ਵਾਲੀ ਗੱਲ ਨਹੀਂ ਹੈਗੀ ਆਪਾਂ ਲੰਘ ਕੇ ਜਾ ਰਹੇ ਹਾਂ ਜਿਹੜੇ ਵੀਡੀਓ ਦੇਖ ਰਹੇ ਹਾਂ ਉਹਨਾਂ ਦੀ ਹੈਲਪ ਹੋ ਜੂਗੀ ਜਿਨ੍ਹਾਂ ਨੇ ਕਿੱਕਰ ਲੌਂਜ ਨੂੰ ਆਉਣਾ ਹੋਊਗਾ ਅਤੇ ਆਹ ਸ਼ਾਰਟਕੱਟ ਵੀ ਰਸਤਾ ਨਿਕਲਦਾ ਅਤੇ ਥੋੜ੍ਹਾ ਜਿਹਾ ਦਿੱਕਤ ਤਾਂ ਦਊਗਾ ਪਰ ਇਹ ਹੈ ਕਿ ਵੀ ਜਾਣ ਦਾ ਭੈਣਾ ਵਾ ਪਿਓ ਆਪਾਂ ਵੀ ਜਾ ਰਹੇ ਹਾਂ ਦਾ ਕਿੱਕਰ ਲੌਂਜ ਗੂਗਲ ਕਰਕੇ ਦੇਖਿਓ ਬਹੁਤ ਸੋਹਣਾ ਜਿਹੜਾ ਇਨਵਾਇਰਮੈਂਟ ਹੈ ਕਿੱਕਰ ਲੌਂਜ ਦਾ ਜਾ ਰਹੇ ਹਾਂ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਅਤੇ ਐਂਟਰੀ ਬਾਈ ਉਰੇ ਕਿੱਕਰ ਲੌਂਜ ਦੀ ਇਵੈਂਟ 'ਤੇ ਆ ਰਹੇ ਵੈਡਿੰਗ ਇਵੈਂਟ ਮੋਹਾਲੀ ਤੋਂ ਆਏ ਬਾਈ ਕਿੱਦਾਂ ਮੁੰਡੇ ਵਾਲੀ ਸਾਈਡ ਤੋਂ ਬਾਈ ਹਾਂਜੀ ਬਾਈ ਹਾਂਜੀ ਵਾਪਸ ਆਉਣਾ ਵੀਰੇ ਇੱਕ ਘੰਟੇ ਤੱਕ ਐਂਟਰੀ ਭਰੀ ਹਾਂਜੀ 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 ਖੋਲ ਮੇਰੇ ਵੀਰਿਆ ਦੇਖੀਏ ਤੁਹਾਡਾ ਕਿੱਕਰ ਲੌਂਜ ਕੀ ਕਹਿੰਦਾ ਲੌਂਜ ਹੈਗਾ ਲੌਜ ਲੌਜ ਹੈ ਲੌਜ ਸਾਹਮਣੇ ਦੇਖੋ ਬਾਬਾ ਜੋ ਪੀ ਐਲ ਸੀ ਪਲੇਅਰ ਸੈਨੀਟਾਈਜ਼ਰ ਕਰ ਰਿਹਾ ਮੇਰਾ ਕਮਾਲ 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 ਸਵਾਦ ਲਿਆ ਓਏ ਹੋਏ ਮੈਂ ਪਤਾ ਨਹੀਂ ਕਦੇ ਬੰਦੇ ਰੋਕਿਆ ਪਰ ਗੱਡੀ ਸੈਨੀਟਾਈਜ਼ ਕਰਦੀ ਬੰਦੇ ਕਮਾਲ ਬਾਬੇ ਪਹੁੰਚ ਕੇ ਆਪਾਂ ਦਾ ਕਿੱਕਰ ਲੌਜ ਬਾਬੀ ਬਹੁਤ ਬੜਾ ਏਰੀਆ ਅਤੇ ਜਿਹੜਾ ਵੈਡਿੰਗ ਡੈਸਟੀਨੇਸ਼ਨ ਹੈਗਾ ਸਾਰਾ ਆਪਣਾ ਇੱਥੇ ਇਹ ਦੇਖੋ ਕਿੰਨਾ ਸੋਹਣਾ ਜਿਹੜਾ ਇਨਵਾਇਰਮੈਂਟ ਚੱਲਦਾ ਪਿਆ ਪੂਰਾ ਛੋਟੇ ਛੋਟੇ ਇਹਨਾਂ ਨੇ ਜਿਹੜੀ ਹੱਟ ਟਾਈਪ ਇਹ ਘਰ ਬਣਾਏ ਨੇ ਸਾਰੀ ਐਕਟੀਵਿਟੀ ਆ ਪੂਰੀ ਓਕੇ ਦੀ ਰਿਪੋਰਟ ਵਿੱਚ ਸਾਰਾ ਪੂਲ ਵਗੈਰਾ ਬਿਲਡਿੰਗ ਦਾ ਕਿਆ ਹੀ ਬਾਤਾਂ ਪੂਰਾ ਜਿਵੇਂ ਚਿਲ ਮੋਲ ਕੀਤਾ ਇਹਨਾਂ ਨੇ ਸਾਰਾ ਕਿਆ ਬਾਤ
हाँ जी दोस्तों, देखो कितना घैंट वैदर जिहड़ा तुहानूं दिखा रहे हां। पूरा इत्थे ना तां पोल्यूशन आ, ना जिहड़ा नॉइज आ, ना ट्रैफिक दा शोर आ, है ना। सिर्फ ते सिर्फ इंसान दी इक आवाज़ ते पंछी परिंदे जिहड़े आ ओह उड़दे फिरदे आ। जिन्ना भी मैं तुहानूं घुमा के दिखा दिंदा सारा, जिवें आपां कैंपिंग करन जांदे हिल सीरीज दे विच, ਤਾਂ ਇੱਥੇ ਆਲਰੇਡੀ ਸਟੈਬਲਿਸ਼ਮੈਂਟ ਦੇ ਛੋਟੇ ਛੋਟੇ ਜਿਹੜੇ ਆ ਇਹ ਕੈਂਪ ਤਿਆਰ ਕੀਤੇ ਹੋਏ ਨੇ, ਅਤੇ ਇੱਥੇ ਵੈਡਿੰਗ ਜਿਹੜਾ ਇਵੈਂਟ ਹੋਣ ਜਾ ਰਿਹਾ। ਅਤੇ ਪੂਰਾ ਐਨ ਘੈਂਟ ਵਾਲਾ ਵੈਦਰ, ਜਿਹੜਾ ਸਿਰੇ ਵਾਲਾ ਮਾਹੌਲ। ਵੈਡਿੰਗ ਡੈਸਟੀਨੇਸ਼ਨ ਡਿਊ ਟੂ ਕੋਵਿਡ ਕਰਕੇ ਜਿਹੜਾ ਹੋਟਲ ਵਗੈਰਾ ਰੈਸਟੋਰੈਂਟ ਬੰਦ ਨੇ, ਤਾਂ ਇੱਥੇ ਓਕੇ ਦੀ ਰਿਪੋਰਟ ਉਹਨਾਂ ਨੇ ਕੀਤਾ ਪਲੈਨ, ਅਤੇ ਬਾਕੀ ਦਾ ਸਾਰਾ ਤਾਮ ਜਾਂ ਆਪਾਂ ਦਿਖਾਉਂਦੇ ਤੁਹਾਨੂੰ ਸਾਰਿਆਂ ਨੂੰ। ਬਹੁਤ ਸਹੀ। ਸੋ ਦੋਸਤੋ, ਇਹ ਜਿਹੜਾ ਦ ਕਿੱਕਰ ਲੌਜ ਦੇ ਵਿੱਚ ਨਾਲ ਦੀ ਨਾਲ ਜਿਹੜਾ ਇਹਨਾਂ ਦੇ ਕੈਂਪਿੰਗ ਵੀ ਬਹੁਤ ਸਹੀ ਤਰੀਕੇ ਨਾਲ ਕੀਤੀ ਹੋਈ ਆ। ਅਤੇ ਮੈਂ ਇਹਦੇ ਜਿਹੜੇ ਸਿੰਗਲ ਸਿੰਗਲ ਰੂਮ ਨੇ, ਇੱਕ ਛੋਟਾ ਜਿਹਾ ਰੂਮ ਟੂਰ ਤੁਹਾਨੂੰ ਕਰਵਾ ਰਿਹਾ। ਅਤੇ ਐਂਟਰੈਂਸ ਕਰਦੇ ਸਾਰੇ ਬਿਲਕੁਲ ਹੀ ਆਹ ਹੈਗਾ ਰੂਮ, ਏ ਸੀ ਤੱਕ ਜਿਹੜੀ ਆ ਫੈਸਿਲਿਟੀ ਦਿੱਤੀ ਹੋਈ ਆ ਪੂਰੀ ਸਕਰੀਨ, ਅਤੇ ਨਾਲ ਵਾਸ਼ਰੂਮ ਵਗੈਰਾ ਸਾਰਾ ਅਟੈਚ, ਬਹੁਤ ਸਹੀ ਤਰੀਕੇ ਦਾ ਜਿਹੜਾ ਇਹਨਾਂ ਦੀ ਫੈਸਿਲਿਟੀਜ਼ ਹੈਗੀਆਂ ਨੇ। ਅਗਰ ਕੋਈ ਹਿਲਸ ਏਰੀਏ ਨੂੰ ਟੂਰ ਕਰਦਾ ਤਾਂ ਇੱਧਰ ਟਰੈਵਲਿੰਗ ਦੇ ਨਾਲ ਨਾਲ ਬਹੁਤ ਸਹੀ ਇੱਧਰ ਰੁਕਣ ਦੀ ਜਗ੍ਹਾ ਹੈਗੀ ਆ। ਅਤੇ ਆਹ ਦੇਖੋ ਬੈਕ ਸਾਈਡ 'ਤੇ ਨਾ ਸੋਹਣਾ ਜਿਹੜਾ ਨੈਚੁਰਲ ਜਿਹੜਾ ਇਹਨਾਂ ਨੇ ਹੱਟ ਟਾਈਪ ਬਣਾਇਆ ਹੋਇਆ। ਅਤੇ ਇਹ ਜਿਹੜਾ ਡੈਸਟੀਨੇਸ਼ਨ ਦੱਸਿਆ ਤੁਹਾਨੂੰ ਮੈਂ, ਰੋਪੜ ਤੋਂ ਮਹਿਜ 20-25 ਕਿਲੋਮੀਟਰ ਦੇ ਡਿਸਟੈਂਸ ਦੇ ਨਾਲ ਆਉਂਦਾ ਇਹ ਨੂਰਪੁਰ ਬੇਦੀ ਆ ਜਿਹੜਾ ਇਲਾਕਾ। ਤੁਸੀਂ ਅਗਰ ਆਊਟਿੰਗ ਕਰਦੇ ਹੋ ਤਾਂ ਇੱਥੇ ਜ਼ਰੂਰ ਵਿਜ਼ਿਟ ਕਰਿਓ, ਬਹੁਤ ਸੋਹਣਾ ਜਿਹੜਾ ਵੈਦਰ ਹੈ ਇੱਥੇ ਦਾ। ਅਤੇ ਮੈਂ ਸਾਰੀ ਡਿਟੇਲ ਤੁਹਾਨੂੰ ਨਾਲ ਦੀ ਨਾਲ ਟਰੈਵਲ ਦੀ ਦਿਖਾਈ ਹੈ, ਅਤੇ ਇਹ ਵੀ ਇਹਦੇ ਵਿੱਚ ਐਡ ਕਰੀ ਆ। ਅਤੇ ਰੂਮ ਟੂਰ ਬਹੁਤ ਸੋਹਣਾ ਅੰਦਰ ਮਾਹੌਲ ਆ, ਅਤੇ ਬਾਈ ਹੋਣੀ ਵਿੱਚ ਤਿਆਰ ਹੋਈ ਜਾਂਦੇ ਨੇ। ਭਾਅ ਜੀ ਕਿਵੇਂ ਸੀ ਮਾਹੌਲ? ਬਹੁਤ ਵਧੀਆ ਭਾਅ ਜੀ। ਅਤੇ ਇੰਜੋਏ, ਫਨ ਚੱਲ ਰਿਹਾ ਜੀ। ਕਿਆ ਬਾਤ, ਕਿਆ ਬਾਤ! ਰਾਤ ਚੱਲਿਆ ਡੀਜੇ ਪੂਰਾ? ਫਿਰ ਪੂਰਾ ਜੀ ਪੂਰਾ, ਮੈਂ ਕਹਿੰਦਾ ਨਜ਼ਾਰਾ ਆ ਗਿਆ ਜੀ। ਇਹ ਭਾਅ ਜੀ ਸਹੀ ਦੇਖ ਕੇ ਦੱਸ ਰਹੇ, ਸੋ ਗੁੱਡ ਯਾ, ਥੈਂਕ ਯੂ ਭਾਅ ਜੀ। ਅਤੇ ਬਾਈ ਹੁਣ ਕਹਿੰਦੇ ਵੀ ਖਲਾਰਾ ਪਿਆ, ਮੈਂ ਕਿਹਾ ਰੂਮ ਟੂਰ ਕਰਨਾ, ਮੈਂ ਕੋਈ ਚੱਕਰ ਹੀ ਨਹੀਂ ਵੇਰੇ, ਹੈ ਨਾ, ਜਿੰਨਾ ਨੋਰਮਲ ਨੈਚੁਰਲ ਹੋਊਗਾ ਉਹ ਸੋਹਣਾ ਲੱਗਦਾ। ਅਤੇ ਬਾਈ ਹੁਣੀ ਸਾਰੇ ਤਿਆਰ ਹੋਈ ਜਾਂਦੇ ਨੇ, ਅਤੇ ਸ਼ੂਟ ਹੋ ਚੁੱਕੇ ਇਹਨਾਂ ਦਾ ਜੋ ਵੀ ਮੋਰਨਿੰਗ ਦਾ ਸੀਗਾ। ਅਤੇ ਹੁਣ ਟਰਬਨ ਆਪਾਂ ਨੇ ਬੰਨਣੀ ਇਹਨਾਂ ਦੇ ਵੀਰ ਦੇ, ਜਿਹੜਾ ਮੇਨ ਵੈਡਿੰਗ ਬੋਆਏ, 10 ਮਿੰਟ ਦੇ ਵਿੱਚ ਆਪਾਂ ਜਿਹੜੀ ਪੱਗ ਉਹਨਾਂ ਦੇ ਬੰਨ ਦੇਣੀ ਆ। ਬਾਕੀ ਫੈਮਿਲੀ ਫਲਾਵਰ ਜਿੰਨੇ ਵੀ ਆ ਸਾਰੇ ਦੇ ਆਪਣੇ ਪੱਗਾਂ ਬੰਨਣੀ ਆ, ਅਤੇ ਉਹ ਵੀ ਮੈਂ ਤੁਹਾਨੂੰ ਇੱਕ ਵੀਡੀਓ ਸਾਰੀ ਦੇ ਵਿੱਚ ਐਡ ਕਰਾਂਗਾ। ਅਤੇ ਅਗਲੇ ਕਲਿੱਪ ਦੇ ਲਈ ਆਪਾਂ ਮਿਲਦੇ ਹਾਂ।